ਸੀਸ ਝੁਕਾਵਾ ਮੈਂ ਤੇਰੇ ਹਜ਼ੂਰ ਨਾਨਕ, ਬਣ ਜਾਏ ਜ਼ਿੰਦਗੀ ਦਾ ਕੀ ਦਸਤੂਰ ਨਾਨਕ। ਉੱਠੇ ਅੰਮ੍ਰਿਤ ਵੇਲੇ ਵਿੱਚ ਤੇਰਾ ਜਾਪ ਉਚਾਰਾ ਮੈਂ, ਤੇਰੇ ਨਾਮ ਦੀ ਮਸਤੀ ਵਿੱਚ ਇਹ ਜੀਵਨ ਗੁਜ਼ਾਰਾ ਮੈਂ। ਇਸ ਅੰਮ੍ਰਿਤ ਸਰੋਵਰ ਵਿੱਚ ਫਿਰ ਟੁੱਬੀਆਂ ਮਾਰਾਂ ਮੈਂ, ਜੋ ਮੰਤਰ ਸਿੱਖਿਆ ਏ ਉਹ ਦਿਲ ਵਿੱਚ ਤਾਰਾਂ ਮੈਂ। ਤੇਰੇ ਨਾਮ ਦੀ ਪੀਵਾ ਮੈਂ ਚੜ੍ਹੇ ਸਰੂਰ ਨਾਨਕ, ਬਣ ਜਾਏ ਜ਼ਿੰਦਗੀ ਦਾ ਕੀ ਦਸਤੂਰ ਨਾਨਕ। ਮੈਂ ਸੱਦਾ ਦਿਆਂਗੀ ਸਰਦਾਰ ਗੁਰਚੰਦ ਸਿੰਘ ਜੀ ਸੰਘਾ, ਐਡਮਿੰਟਨ ਦਾ ਮਾਣ ਹਨ, ਪੰਜਾਬੀਆਂ ਦੀ ਸ਼ਾਨ ਹਨ, ਗੁਰਦੁਆਰੇ ਦੀ ਆਨ ਹਨ। ਬਹੁਤ ਹੀ ਨਿੱਘੀ, ਬਹੁਤ ਹੀ ਪਿਆਰੀ ਸ਼ਖਸੀਅਤ, ਉਹਨਾਂ ਦੇ ਨਾਂ ਨਾਲ ਹੀ ਸਾਡਾ ਸਾਰਿਆਂ ਦਾ ਸਿਰ ਉੱਚਾ ਹੋ ਜਾਂਦਾ ਹੈ। ਮੈਂ ਉਹਨਾਂ ਨੂੰ ਬੇਨਤੀ ਕਰਾਂਗੀ, ਸੱਦਾ ਦਿਆਂਗੀ ਸਟੇਜ 'ਤੇ ਆਉਣ, ਆਪ ਸਭ ਦਾ ਧੰਨਵਾਦ ਕਰਾਂ। ਸਰਦਾਰ ਗੁਰਚੰਦ ਸਿੰਘ ਜੀ ਸਾਹਿਬ, ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ, ਜਗਤ ਗੁਰੂ, ਸ਼ਬਦ ਗੁਰੂ, ਜੋ ਸਾਰੀ ਦੁਨੀਆ ਨੂੰ ਰੋਸ਼ਨੀ ਗਿਆਨ ਦੀ ਦੇ ਰਹੇ ਹਨ, ਉਹਨਾਂ ਦੇ ਦਰਬਾਰ ਵਿੱਚ ਸੱਜ ਕੇ ਆਪਾਂ ਅਸੀਸਾਂ ਲੈ ਰਹੇ ਹਾਂ ਸਾਰੇ। ਆਓ, ਸਭ ਤੋਂ ਪਹਿਲਾਂ ਜੋ ਸਤਿਗੁਰਾਂ ਨੇ ਸਾਨੂੰ ਬਖਸ਼ਿਸ਼ ਕੀਤੀ ਹੈ ਫਤਿਹ, ਉਹਦੀ ਸਾਂਝ ਪਾਈਏ। ਮੈਂ ਬੇਨਤੀ ਕਰਾਂਗਾ ਸਾਰਿਆਂ ਨੂੰ ਗੱਜ ਗੱਜ ਕੇ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਦਿਹਾੜਾ ਜੋ ਐਡਮਿੰਟਨ ਖਾਲਸਾ ਸਕੂਲ ਦੇ ਬੱਚੇ ਧੰਨ ਧੰਨ ਗੁਰੂ ਨਾਨਕ ਸਾਹਿਬ ਨੂੰ ਸ਼ਰਧਾ ਦੇ ਫੁੱਲ ਚੜ੍ਹਾ ਰਹੇ ਨੇ, ਉਹ ਵੀ ਕੀਰਤਨ ਰਾਹੀਂ। ਇਹ ਬਾਣੀ ਜੋ ਨਿਰੰਕਾਰ ਨੇ ਸਤਿਗੁਰਾਂ ਦੇ ਰਾਹੀਂ ਪ੍ਰਗਟ ਕੀਤੀ ਹੈ ਜਗਤ ਵਿੱਚ ਸਾਨੂੰ ਗਿਆਨ ਦੇਣ ਲਈ, ਅੰਧੇਰ ਨੂੰ ਵਿਨਾਸ਼ ਕਰਨ ਲਈ, ਯਾਨੀ ਕਿ ਅਗਿਆਨਤਾ ਨੂੰ ਦੂਰ ਕਰਨ ਲਈ। ਅੱਜ ਇਹ ਬੱਚੇ ਉਹ ਬਾਣੀ ਗਾਇਨ ਕਰ ਰਹੇ ਨੇ। ਖਾਸ ਕਰਕੇ ਮੈਂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਕਰਦਾ ਹਾਂ ਕਿ ਉਹਨਾਂ ਦੇ ਦਰਬਾਰ ਵਿੱਚ ਇਹ ਛੋਟੇ ਬੱਚੇ ਜੋ ਤੋਤਲੀ ਆਵਾਜ਼ ਵਿੱਚ ਬੋਲਦੇ ਨੇ ਔਰ ਗੁਰਬਾਣੀ ਸਾਫ ਕੀਰਤਨ ਕਰ ਰਹੇ ਨੇ। ਕੋਟਾਨ ਕੋਟ ਸ਼ੁਕਰਾਨਾ ਹੈ ਸਤਿਗੁਰਾਂ ਦਾ। ਔਰ ਇਹ ਸਕੂਲ 2001 ਵਿੱਚ ਸ਼ੁਰੂ ਹੋਇਆ, ਉਹ ਵੀ ਸਤਿਗੁਰਾਂ ਦੀ ਰਹਿਮਤ ਸਦਕਾ, ਔਰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਦੀ ਕਮੇਟੀ ਨੇ ਇਹ ਉਪਰਾਲਾ ਕੀਤਾ ਔਰ ਐਡਮਿੰਟਨ ਖਾਲਸਾ ਸਕੂਲ ਦੀ ਬੁਨਿਆਦ ਸ਼ੁਰੂ ਹੋਈ। ਅੱਜ ਆਪਾਂ 16 ਸਾਲ ਇਸ ਸਕੂਲ ਨੂੰ ਚੱਲਦੇ ਹੋ ਗਏ ਨੇ। ਔਰ ਇਹ ਸਾਰਾ ਸਦਕਾ ਜਿੱਥੇ ਸਤਿਗੁਰਾਂ ਦੀ ਰਹਿਮਤ ਦਾ ਸਦਕਾ ਹੈ, ਉੱਥੇ ਆਪ ਸਾਰਿਆਂ ਦੀ ਜੋ ਇਹਦੇ ਪ੍ਰਤੀ ਸਹਿਯੋਗਤਾ ਹੈ, ਮੈਂ ਉਹਦਾ ਕੋਟਾਨ ਕੋਟ ਸ਼ੁਕਰਾਨਾ ਕਰਦਾ ਹਾਂ ਆਪ ਸਭ ਦਾ, ਕਿਉਂਕਿ 16 ਸਾਲਾਂ ਵਿੱਚ ਆਪ ਨੇ ਹਮੇਸ਼ਾ ਹੀ ਐਡਮਿੰਟਨ ਖਾਲਸਾ ਸਕੂਲ ਦਾ ਸਾਥ ਦਿੱਤਾ ਹੈ। ਔਰ ਇਹਦੇ ਵਿੱਚ ਜੋ ਵੀ ਸਟਾਫ ਸਾਡੇ ਕੋਲ ਸੀ ਉਦੋਂ ਤੋਂ ਵੀ ਹੈ, ਉਸ ਤੋਂ ਨਵੇਂ ਵੀ ਸਟਾਫ ਆਇਆ ਹੈ, ਉਹਨਾਂ ਸਟਾਫ ਨੇ ਬੜੀ ਮਿਹਨਤ ਦੇ ਨਾਲ ਇਹਨਾਂ ਬੱਚਿਆਂ 'ਤੇ ਨੂੰ ਪੜ੍ਹਾਇਆ ਹੈ ਔਰ ਇਹਨਾਂ ਨੂੰ ਆਪਣੇ ਵਿਰਸੇ ਦੇ ਨਾਲ ਜੋੜਿਆ ਹੈ। ਧੰਨ ਗੁਰੂ ਨਾਨਕ, ਜਿਨ੍ਹਾਂ ਨੇ ਜਿਵੇਂ ਬੀਬੀ ਜੀ ਹਰਿੰਦਰ ਹੋਣਾ ਨੇ ਦੱਸਿਆ ਹੈ, ਰਿਆੜ ਹੋਣਾ ਨੇ, ਕਿ ਦੁਨੀਆ ਵਿੱਚ ਹਰ ਥਾਂ ਜਾ ਕੇ ਉਹਨਾਂ ਨੇ ਇਸ ਗਿਆਨ ਨੂੰ ਪ੍ਰਚਾਰਿਆ ਹੈ ਔਰ ਭੁੱਲੇ ਹੋਏ ਲੋਕਾਂ ਨੂੰ ਸਿੱਧੇ ਰਸਤੇ ਪਾਇਆ। ਉਹ ਵੀ ਉਹ ਭੁੱਲੜ ਸਨ ਜਿਹੜੇ ਇਹ ਸਮਝਦੇ ਸਨ ਕਿ ਅਸੀਂ ਗਿਆਨ ਦੂਸਰੇ ਲੋਕਾਂ ਨੂੰ ਦਿੰਦੇ ਹਾਂ। ਨਹੀਂ, ਉਹ ਭਰਮ ਭੁਲੇਖਾ ਸੀ, ਪਖੰਡ ਸਨ, ਭਰਮ ਸਨ, ਵਹਿਮ ਸਨ। ਉਹਨਾਂ ਵਹਿਮਾਂ ਨੂੰ ਭਰਮਾਂ ਨੂੰ ਦੂਰ ਕੀਤਾ ਧੰਨ ਗੁਰੂ ਨਾਨਕ ਸਾਹਿਬ ਨੇ। ਸੋ ਸਿੱਧਾਂ ਨੇ ਇਹ ਕਬੂਲ ਵੀ ਕੀਤਾ, ਸਿੱਧ ਆਖਣ ਸਭ ਜਗਤ ਦੇ ਧੰਨ ਨਾਨਕ ਤੇਰੀ ਵੱਡੀ ਕਮਾਈ। ਅੱਜ ਉਸ ਕਮਾਈ ਦਾ ਵਿਰਸਾ ਜੋ ਹੈ ਆਪਾਂ ਖਾ ਰਹੇ ਹਾਂ, ਆਪਾਂ ਉਹਨੂੰ ਮਾਣ ਰਹੇ ਹਾਂ। ਔਰ ਮੈਂ ਆਪ ਦੇ ਅੱਗੇ ਇਹੀ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਇਸ ਵਿਰਸੇ ਨੂੰ ਇਹਨਾਂ ਨੂੰ ਦੇਈਏ ਬੱਚਿਆਂ ਨੂੰ, ਜੋ ਸਾਡੇ ਕੱਲ੍ਹ ਦਾ ਭਵਿੱਖ ਹੈ। ਜਿਵੇਂ ਬੀਬੀ ਜੀ ਉਹਨਾਂ ਦੱਸਿਆ, ਬੀਬੀ ਰਿਆੜ ਉਹਨਾਂ ਨੇ, ਕਿ ਇਹ ਸਾਡੇ ਕੱਲ੍ਹ ਦੇ ਡਾਕਟਰ ਨੇ, ਸਾਡੇ ਇੰਜੀਨੀਅਰ ਨੇ, ਵਕੀਲ ਨੇ,
ਔਰ ਉੱਚੀਆਂ ਪਦਵੀਆਂ 'ਤੇ ਜਾਣ ਵਾਲੇ ਨੇ, ਬਿਜ਼ਨਸ ਚਲਾਉਣ ਵਾਲੇ ਨੇ, ਸਾਰੇ ਇਹਨਾਂ ਨੇ ਬਣਨਾ ਹੈ। ਪਰ ਇਹਨਾਂ 'ਚ ਉਹ ਜੋਤ ਆਪਾਂ ਭਰਨੀ ਹੈ ਜੋ ਗੁਰੂ ਨਾਨਕ ਨੇ ਸਾਨੂੰ ਦਿੱਤੀ ਹੈ, ਅਸੀਂ ਇਹਨਾਂ ਨੂੰ ਦੇਣੀ। ਇਹ ਵਾਰ ਵਾਰ ਅਸੀਂ ਇਸ ਸਟੇਜ ਤੋਂ ਇਹੀ ਕਹਿੰਦੇ ਆਏ ਹਾਂ ਕਿ ਭਾਈ ਆਪਣੇ ਵਿਰਸੇ ਦੇ ਨਾਲ ਜੋੜਨਾ ਸਾਡਾ ਫਰਜ਼ ਹੈ। ਆਪਣੀ ਜ਼ੁਬਾਨ ਇਹਨਾਂ ਨੂੰ ਦੇਣੀ, ਪੰਜਾਬੀ ਬੋਲੀ, ਉਹ ਸਾਡਾ ਫਰਜ਼ ਹੈ। ਸਾਡਾ ਇਤਿਹਾਸ ਜੋ ਹੈ ਇਹਨਾਂ ਨੂੰ ਦੇਣਾ, ਉਹ ਸਾਡਾ ਫਰਜ਼ ਹੈ। ਔਰ ਗੁਰਬਾਣੀ ਦਾ ਜੋ ਖਜ਼ਾਨਾ ਹੈ ਇਹਨਾਂ ਨੂੰ ਦੇਣਾ, ਉਹ ਵੀ ਸਾਡਾ ਫਰਜ਼ ਹੈ। ਜੇ ਅਸੀਂ ਫਰਜ਼ ਦੀ ਕੁਤਾਹੀ ਕਰਦੇ ਹਾਂ, ਗੁਨਾਹਗਾਰ ਅਸੀਂ ਹਾਂ। ਸੋ ਸਾਰਿਆਂ ਨੂੰ ਬੇਨਤੀ ਹੈ ਕਿ ਜ਼ਰੂਰ ਆਪਣੇ ਘਰਾਂ ਵਿੱਚ ਜਾ ਕੇ ਵੀ ਇਹਨਾਂ ਬੱਚਿਆਂ 'ਤੇ ਥੋੜ੍ਹਾ ਟਾਈਮ ਲਾਇਆ ਕਰੋ। ਇਹ ਠੀਕ ਹੈ, ਸਾਡਾ ਸਟਾਫ ਜੋ ਬੜਾ ਹੀ ਕਾਬਲ ਸਟਾਫ ਹੈ, ਕੁਆਲੀਫਾਈਡ ਸਟਾਫ ਹੈ, ਪ੍ਰੋਫੈਸ਼ਨਲ ਨੇ, ਉਹ ਇਹਨਾਂ ਨੂੰ ਸਿਖਾਉਂਦੇ ਨੇ। ਪਰ ਤੁਹਾਡਾ ਸਾਥ ਇਹਨਾਂ ਦੇ ਨਾਲ ਵੀ ਹੋਣਾ ਬਹੁਤ ਜ਼ਰੂਰੀ ਹੈ, ਕਿਉਂਕਿ ਬੱਚਿਆਂ ਦੇ ਨਾਲ ਪੇਰੈਂਟਸ ਦਾ ਦੀ ਨੇੜਤਾ ਹੋਣੀ ਬਹੁਤ ਜ਼ਰੂਰੀ ਹੈ। ਸੋ ਮੈਂ ਫਿਰ ਤੋਂ ਗੁਰਦੁਆਰਾ ਸਿੰਘ ਸਭਾ ਦੀ ਸਾਰੀ ਸੁਸਾਇਟੀ ਵੱਲੋਂ, ਕਮੇਟੀ ਵੱਲੋਂ ਵੀ, ਔਰ ਐਡਮਿੰਟਨ ਖਾਲਸਾ ਸਕੂਲ ਦੇ ਸਾਰੇ ਬੋਰਡ ਆਫ ਡਾਇਰੈਕਟਰਸ ਵੱਲੋਂ, ਸਾਰੇ ਮੈਂਬਰ ਸਾਹਿਬਾਨ ਵੱਲੋਂ ਆਪ ਸਭ ਦਾ ਧੰਨਵਾਦ ਕਰਦਾ ਹਾਂ। ਔਰ ਨਾਲ ਹੀ ਸਟਾਫ ਜੋ ਸਾਡਾ ਹੈ ਉਹਨਾਂ ਦਾ ਧੰਨਵਾਦ ਕਰਦਾ ਹਾਂ, ਜੋ ਕਿ ਬੱਚਿਆਂ ਨੂੰ ਬੜੀ ਮਿਹਨਤ ਦੇ ਨਾਲ, ਬੜੀ ਲਗਨ ਦੇ ਨਾਲ ਇਹ ਵਿੱਦਿਆ ਦਿੰਦੇ ਨੇ, ਇਹ ਗਿਆਨ ਦਿੰਦੇ ਨੇ, ਆਪਣਾ ਵਿਰਸਾ ਵੀ ਦਿੰਦੇ ਨੇ, ਆਪਣੀ ਬੋਲੀ ਵੀ ਦਿੰਦੇ ਨੇ। ਸੋ ਅਗੇਨ ਥੈਂਕ ਯੂ ਵੈਰੀ ਮੱਚ ਫਾਰ ਦਾ ਸਟਾਫ, ਫਾਰ ਦਾ ਹਾਰਡ ਵਰਕ ਆਫ ਦਾ ਸਟਾਫ। ਐਕਚੁਲੀ ਆਈ ਐਪਰੀਸ਼ੀਏਟ ਦੈਟ ਔਨ ਬਿਹਾਫ ਆਫ ਦਾ ਐਡਮਿੰਟਨ ਖਾਲਸਾ ਸਕੂਲ ਬੋਰਡ ਆਫ ਡਾਇਰੈਕਟਰਸ ਐਂਡ ਆਲਸੋ ਫਰੋਮ ਦਾ ਐਗਜੈਕਟਿਵ ਕਮੇਟੀ ਆਫ ਦਾ ਗੁਰਦੁਆਰਾ ਸਿੰਘ ਸਭਾ। ਸੋ ਇਹਦੇ ਨਾਲ ਮੈਂ ਫਿਰ ਤੋਂ ਧੰਨ ਗੁਰਾਂ, ਧੰਨ ਗੁਰੂ ਨਾਨਕ ਸਾਹਿਬ ਦਾ ਔਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟਾਨਕੋਟ ਸ਼ੁਕਰਾਨਾ ਕਰਦਾ ਹੋਇਆ, ਆਪ ਸਭ ਦਾ ਸ਼ੁਕਰਾਨਾ ਕਰਦਾ ਹੋਇਆ ਔਰ ਸਟਾਫ ਦਾ ਸ਼ੁਕਰਾਨਾ ਕਰਦਾ ਹੋਇਆ ਇਹੀ ਬੇਨਤੀ ਕਰਾਂਗਾ ਕਿ ਇਹਨਾਂ ਬੱਚਿਆਂ ਨੂੰ ਆਪਾਂ ਸੰਭਾਲੀਏ। ਇਹਨਾਂ ਬੱਚਿਆਂ ਨੂੰ ਜੇ ਕਿਤੇ ਜੇ ਸਾਡੀ ਕਮੀ ਆ ਤਾਂ ਉਹ ਕਮੀ ਇਹਨਾਂ 'ਚ ਜਾਏਗੀ, ਉਹ ਆਪਾਂ ਰਹਿਣ ਨਾ ਦਈਏ। ਇਹ ਆਪਣੇ 'ਤੇ ਡਿਪੈਂਡ ਕਰਦਾ, ਬਹੁਤ ਸਖਤ ਮਿਹਨਤ ਕਰਦੇ ਹੋ ਤੁਸੀਂ ਸਾਰੇ, ਆਪਾਂ ਸਾਰਿਆਂ ਨੇ ਬੜੀਆਂ ਮਿਹਨਤਾਂ ਕੀਤੀਆਂ ਨੇ ਇੱਥੇ ਅਸਟੈਬਲਿਸ਼ ਹੋਣ ਲਈ, ਪਰ ਅਸਟੈਬਲਿਸ਼ ਅਸੀਂ ਇਹਨਾਂ ਦੀ ਖਾਤਰ ਹੀ ਹੋਣਾ ਹੈ। ਇਸ ਕਰਕੇ ਇਹਨੂੰ ਆਪਾਂ ਸੰਭਾਲੀਏ ਆਪਣੇ ਵਿਰਸੇ ਨੂੰ, ਇਹਦੇ ਇਹਨਾਂ ਨੂੰ ਜਿੱਥੇ ਆਪਣਾ ਵਿਰਸਾ ਦਈਏ ਸਤਿਗੁਰ ਦੇ ਨਾਲ ਜੋੜੀਏ, ਸਾਰੀ ਉਮਰ ਇਹ ਨਾਲ ਜੁੜੇ ਰਹਿਣਗੇ ਔਰ ਚੰਗੀਆਂ ਆਦਤਾਂ ਅਤੇ ਦੁੱਖ ਕਬੂਲ ਕਰਨਗੇ, ਔਰ ਕਿਤੇ ਵੀ ਉੱਚੇ ਅਹੁਦੇ 'ਤੇ ਜਾਣਗੇ ਤਾਂ ਹਮੇਸ਼ਾ ਨਤਮਸਤਕ ਇੱਥੇ ਉਹ ਕਰਨਗੇ, ਸ਼ੁਕਰਾਨਾ ਕਰਨਗੇ ਸਤਿਗੁਰਾਂ ਦਾ ਹਮੇਸ਼ਾ ਹੀ ਆ ਕੇ, ਕਿਉਂਕਿ ਇੱਥੋਂ ਇਹਨਾਂ ਨੂੰ ਇਹ ਸਭ ਕੁਛ ਮਿਲ ਰਿਹਾ ਹੈ। ਸੋ ਇਸ ਦੇ ਨਾਲ ਹੀ ਖਿਮਾ ਦਾ ਜਾ ਚੱਕਾਂ, ਆਓ ਫਤਿਹ ਜਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਨਾਨਕ ਪ੍ਰਗਟਿਆ ਮਿੱਟੀ ਤੁੰਗ ਚੰਨ ਚਾਨਣ ਹੋਇਆ, ਗ੍ਰੇਟ ਸਿਕਸ ਦਾ ਕੀਰਤਨੀ ਜਥਾ ਕੀਰਤਨ ਸਰਵਣ ਕਰਵਾ ਰਿਹਾ ਜੀ, ਆਓ ਪਿਆਰ ਨਾਲ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਕਹਿੰਦੇ ਸੀ ਜੀ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਚਰਨਾਂ 'ਚ ਕੀਰਤਨ ਦਰਬਾਰ ਜੋ ਛੋਟੇ ਛੋਟੇ ਬੱਚਿਆਂ ਨੇ ਆਪ ਜੀ ਦੇ ਸਾਹਮਣੇ ਸ਼ਬਦ ਗਾਇਨ ਕੀਤੇ ਹਨ। ਮੈਂ ਧੰਨਵਾਦ ਕਰਨਾ ਚਾਹਾਂਗੀ ਸਭ ਤੋਂ ਪਹਿਲਾਂ ਪੇਰੈਂਟਸ ਦਾ। ਬਹੁਤ ਹੀ ਖੂਬਸੂਰਤ ਢੰਗ ਨਾਲ ਤੁਸੀਂ ਇਸ ਪ੍ਰੋਗਰਾਮ ਨੂੰ ਨੇਪਰੇ ਚਾੜਿਆ। ਵਾਹਿਗੁਰੂ ਦੀ ਅਕਾਲ ਪੁਰਖ ਦੀ ਬਖਸ਼ਿਸ਼ ਦੇ ਨਾਲ ਆਪਣੇ ਸਕੂਲ ਦੇ ਮੈਨੇਜਿੰਗ ਕਮੇਟੀ ਪ੍ਰਧਾਨ ਸਾਹਿਬ ਸੰਧੂ ਸਾਹਿਬ ਗੁਰਦੁਆਰਾ ਪ੍ਰਬੰਧਕ ਕਮੇਟੀ ਸਟਾਫ ਮੈਂਬਰਸ ਆਪਣੇ ਪ੍ਰਿੰਸੀਪਲ ਮੈਮ ਰਵੀਨਾ ਅਤੇ ਸੰਧੂ ਮੈਮ ਸਿਮਰਤ ਜੀ ਜਿਨ੍ਹਾਂ ਨੇ ਬੜੇ ਚਾਅ ਨਾਲ ਇਹ ਪ੍ਰੋਗਰਾਮ ਤਿਆਰ ਕਰਵਾਇਆ। ਕਮਲ ਗਿੱਲ ਡਾਕਟਰ ਸਾਹਿਬ ਜਿਨ੍ਹਾਂ ਨੇ ਕੋਈ ਸਟੋਨ ਅਨਟਰਨਡ ਨਹੀਂ ਰਹਿਣ ਦਿੱਤਾ ਇਸ ਪ੍ਰੋਗਰਾਮ ਨੂੰ ਖੂਬਸੂਰਤ ਬਣਾ ਕੇ ਤੁਹਾਡੇ ਸਾਹਮਣੇ ਪੇਸ਼ ਕਰਨ ਲਈ। ਮੈਂ ਧੰਨਵਾਦ ਕਰਨੋਂ ਨਹੀਂ ਰਹਿ ਸਕਾਂਗੀ ਸਾਡੇ ਰਾਗੀ ਜਥੇ ਧਰਮਵੀਰ ਕਰਮਵੀਰ ਹੈਪੀ ਜਸਕਰਨ ਸਿੰਘ ਦਾ ਬਾਘਾ ਪਕੜਾ ਵਾਲਾ ਜਥਾ, ਸਾਡੇ ਕਥਾਵਾਚ ਭਾਈ ਸਾਹਿਬ ਸੁਖਦੀਪ ਸਿੰਘ ਜੀ, ਸਾਡੇ ਆਪਣੇ ਗ੍ਰੰਥੀ ਸੁਖਦੀਪ ਸਿੰਘ ਜੀ ਅਤੇ ਕੜਾਹ ਪ੍ਰਸ਼ਾਦ ਦੀ ਸੇਵਾ ਕਰਦੇ ਸਿੰਘ ਸਾਹਿਬਾਨ। ਤੁਸੀਂ ਕਹੋਗੇ ਲੜੀ ਸ਼ੁਰੂ ਕਰ ਦਿੱਤੀ ਹੈ, ਇਹ ਬੱਚੇ ਅਛੋਪਲੇ ਸਹਿਜ ਵਿੱਚ ਸਾਨੂੰ ਨਹੀਂ ਪਤਾ ਸਾਰੇ ਵਾਤਾਵਰਣ ਦਾ ਪ੍ਰਭਾਵ ਕਬੂਲਦੇ ਆ। ਜਦੋਂ ਇਹ ਸਵੇਰੇ ਆ ਕੇ ਇੱਥੇ ਦੇ ਡੂ ਮੱਥਾ ਟੇਕ ਕੜਾਹ ਪ੍ਰਸ਼ਾਦ, ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਦਾ ਪਤਾ ਚੱਲਦਾ, ਚੌਰ ਸਾਹਿਬ ਦਾ ਪਤਾ ਚੱਲਦਾ, ਸਾਰਾ ਕੁਛ, ਇਹ ਜਿਹੜੀ ਸੈਂਕਚੁਰੀ ਹੈ ਇਹਦਾ ਪਤਾ ਚੱਲਦਾ, ਕਿਸ ਤਰ੍ਹਾਂ ਇੱਥੇ ਤਹਿਲਮ ਬਣਾ ਕੇ ਰੱਖਣਾ ਹੈ, ਕਿਸ ਤਰ੍ਹਾਂ ਇਹਦੀ ਮਰਿਆਦਾ ਨੂੰ ਕਾਇਮ ਕਰਨਾ ਹੈ, ਕਿਸ ਤਰ੍ਹਾਂ ਇੱਕ ਗੁਰਦੁਆਰੇ ਦਾ ਆਪਣਾ ਇੱਕ ਮਾਹੌਲ ਹੈ, ਇੱਕ ਇਨਵਾਇਰਮੈਂਟ ਨੂੰ ਕਿੱਦਾਂ ਸਿਰਜਣਾ ਹੈ, ਉਸ ਸਾਰੇ ਕੁਝ ਦੇ ਵਿੱਚ ਇਹਨਾਂ ਸਾਰਿਆਂ ਦਾ ਸਾਡੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਦਰਬਾਰ ਸਾਹਿਬ ਨਿਵੇਕ ਸਾਹਿਬ ਬੈਠੇ ਆ, ਇਹਨਾਂ ਸਾਰਿਆਂ ਦਾ ਅਤੇ ਸਾਡੀ ਸਕੂਲ ਪ੍ਰਬੰਧਕ ਕਮੇਟੀ, ਚਾਹੇ ਉਹ ਤੁਹਾਡੇ ਸਾਹਮਣੇ ਆਉਣ, ਚਾਹੇ ਉਹਨਾਂ ਦੀ ਇੰਨੀ ਸੇਵਾ ਹੈ, ਅਸੀਂ ਸਲਿਊਟ ਕਰਦੇ ਹਾਂ ਉਹਨਾਂ ਦੀ ਸੋਚ ਨੂੰ। ਅੱਜ ਇੱਕ ਬੱਚਾ ਜਿਹੜਾ ਸਕੂਲ 'ਚ ਨਹੀਂ ਆਉਂਦਾ ਉਹਨੂੰ ਉਡੈੜਾ ਸਿਖਾਉਣਾ ਕਿੰਨਾ ਔਖਾ ਆ। ਮੈਂ ਕਈ ਵਾਰੀ ਕਲਾਸ ਟੀਚਰ ਨੂੰ ਪੁੱਛਦੀ ਹਾਂ ਇਹ ਬੱਚਾ ਬਾਕੀ ਸਬਜੈਕਟਸ 'ਚ ਕਿੱਦਾਂ ਆ, ਉਹ ਕਹਿੰਦਾ ਉਹਨਾਂ 'ਚ ਤਾਂ ਬਹੁਤ ਵਧੀਆ ਆ। ਮੈਂ ਕਿਹਾ ਉਡੈੜਾ ਨਹੀਂ ਸਿੱਖਦਾ ਆ, ਉਡੈੜਾ ਨਹੀਂ ਸਿੱਖਦਾ। ਪੇਰੈਂਟਸ ਵੀ ਚਲੋ ਸ਼ਾਇਦ ਨਹੀਂ ਬਹੁਤਾ ਜ਼ੋਰ ਲਾਉਂਦੇ, ਕਿੰਨਾ ਔਖਾ ਬੱਚੇ ਨੂੰ, ਉਹਨੂੰ ਮੰਜੇ ਦਾ ਨਹੀਂ ਪਤਾ, ਉਹਨੂੰ ਬਿਸਤਰੇ ਦਾ ਨਹੀਂ ਪਤਾ, ਉਹਨੂੰ ਕੁਰਸੀ ਦਾ ਨਹੀਂ ਪਤਾ, ਉਹਨੂੰ ਕੇਲੇ ਦਾ ਨਹੀਂ ਪਤਾ, ਉਹਨੂੰ ਸੇਬ ਦਾ ਨਹੀਂ ਪਤਾ, ਉਹ ਘਰ ਪੰਜਾਬੀ ਬੋਲਦਾ ਨਹੀਂ, ਪੇਰੈਂਟਸ ਪੰਜਾਬੀ ਬੋਲਦੇ ਨਹੀਂ, ਉਹ ਇੱਥੇ ਰਾਗਾਂ 'ਚ ਕੀਰਤਨ ਕਰਦਾ। ਉਹ ਬੱਚਾ ਜਿਹਨੂੰ ਮੰਜਾ, ਜਿਹਨੂੰ ਤੌਲੀਆ ਵੀ ਨਹੀਂ ਕਹਿਣਾ ਆਉਂਦਾ, ਪਰਨੇ ਦੀ ਤਾਂ ਬਾਤ ਹੀ ਛੱਡੋ, ਜਿਹਨੂੰ ਤੌਲੀਆ ਵੀ ਨਹੀਂ ਕਹਿਣਾ ਆਉਂਦਾ, ਟੋਵਲ ਕਹਿੰਦਾ ਜਿਹੜਾ, ਉਹ ਰਾਗਾਂ 'ਚ ਆ ਕੇ ਕੀਰਤਨ ਕਰਦਾ। ਮੈਂ ਕਮਲ ਤੂੰ ਤਿਆਰ ਕਿੱਦਾਂ ਕਰਵਾ ਦਿੰਦੀ ਇਹਨਾਂ ਨੂੰ, ਤੂੰ ਯਾਦ ਕਿੱਦਾਂ ਕਰਵਾ ਦਿੰਦੀ ਆ, ਫਿਰ ਰਾਗ ਕਿੱਦਾਂ ਆ ਜਾਂਦੇ ਬੱਚਿਆਂ ਨੂੰ, ਤੁਹਾਨੂੰ ਨਹੀਂ ਹੈਰਾਨੀ ਹੋਈ? ਮੈਨੂੰ ਤਾਂ ਬਹੁਤ ਹੈਰਾਨੀ ਹੋਈ। ਮੈਂ ਤੁਹਾਡੇ ਨਾਲ ਢੇਰ ਸਾਰੀਆਂ ਗੱਲਾਂ ਕਰਨੀਆਂ ਸੀ, ਇਹੀ ਮੌਕਾ ਸੀ ਸਾਡਾ ਸਕੂਲ ਵਾਲਿਆਂ ਦਾ, ਤੁਹਾਡਾ। ਬੱਚੇ ਦੇ ਦੋ ਹੀ ਥੰਮ ਨੇ, ਜਾਂ ਮਾਪੇ ਨੇ ਜਾਂ ਉਹਦਾ ਅਧਿਆਪਕ ਹੈ। ਅਸੀਂ ਤੁਹਾਡੇ ਨਾਲ ਬਹੁਤ ਗੱਲਾਂ ਕਰਨੀਆਂ ਹੁੰਦੀਆਂ ਇਹਨਾਂ ਮੌਕਿਆਂ 'ਤੇ, ਮੇਰੇ ਗਲੇ ਨੇ ਸਾਥ ਨਹੀਂ ਦਿੱਤਾ, ਮੈਂ ਤੁਹਾਨੂੰ ਸਾਰਿਆਂ ਨੂੰ ਬੜਾ ਬੋਰ ਕੀਤਾ, ਮੈਂ ਮੁਆਫ਼ੀ ਚਾਹਾਂਗੀ ਇਹਦੇ ਲਈ, ਪਰ ਅਗਲੀ ਵਾਰੀ ਮੈਂ ਤੁਹਾਡੇ ਨਾਲ ਜ਼ਰੂਰ ਗੱਲਾਂ ਕਰਾਂਗੀ ਕਿ ਇਹ ਬੱਚੇ ਜਿਹੜੇ ਰਾਗਾਂ 'ਚ ਕੀਰਤਨ ਕਰਦੇ ਨੇ, ਕਿਹੜਾ ਅੱਲਾ ਦੀਨ ਦਾ ਚਿਰਾਗ ਜਗ ਜਾਂਦਾ ਹੈ, ਕਿਹੜੇ ਤਰੀਕੇ ਨਾਲ ਉਹ ਆ ਕੇ ਬੈਠਦੇ ਨੇ, ਕਿਹੜੇ ਤਰੀਕੇ ਨਾਲ ਉਹ ਮੁਸਕਰਾਹਟ ਦਿੰਦੇ ਨੇ, ਕਿਹੜੇ ਤਰੀਕੇ ਨਾਲ ਉਹ ਫਤਿਹ ਬੁਲਾਉਂਦੇ ਨੇ, ਕਿਹੜੇ ਤਰੀਕੇ ਨਾਲ ਨਿੱਕੇ ਨਿੱਕੇ ਹੱਥਾਂ ਨਾਲ ਆ ਕੇ ਅਤੇ ਪ੍ਰਸ਼ਾਦ ਲੈਂਦੇ ਨੇ, ਨਾਲ ਫਤਿਹ ਵੀ ਬੁਲਾਉਂਦੇ ਨੇ ਭਾਈ ਸਾਹਿਬ ਨੂੰ। ਭਾਈ ਸਾਹਿਬ ਦੀ ਦੇਣ ਤੁਸੀਂ ਸਮਝਦੇ, ਅਸੀਂ ਵੀ ਸਮਝਦੇ ਹਾਂ ਉਦੋਂ, ਪਰ ਉਹ ਬਹੁਤ ਵੱਡੀ ਦੇਣ ਹੈ, ਉਹ ਪੂਰਨੇ ਪਾ ਰਹੇ ਆ, ਉਹਨਾਂ ਪੂਰਨਿਆਂ ਦੇ ਉੱਤੇ ਇਹਨਾਂ ਨੇ ਚੱਲਣਾ ਹੈ, ਇਹੀ ਕਾਲ ਦਾ ਪੰਥ ਹੈ। ਇਹਨਾਂ ਨੇ ਗੁਰਮਤੇ ਸੋਧਣੇ ਨੇ, ਇਹਨਾਂ ਨੇ ਗ੍ਰੰਥ ਪੜ੍ਹਨਾ ਹੈ, ਇਹੀ ਸਿੱਖੀ ਨੇ। ਸੋ ਅਛੋਪਲੇ ਹੀ ਅਸੀਂ ਇਹਨਾਂ ਸਾਰਿਆਂ ਦੀ ਖਿਦਮਤ ਕਰਾਂਗੇ, ਕਿਉਂਕਿ ਸਾਡੇ ਬੱਚਿਆਂ ਦੀ, ਇਹਨਾਂ ਦੀ
ਜਿਹੜੀ ਰਹਿਨਮਈ ਹੈ ਇਹ ਸਿੱਧੇ ਜਾਂ ਅਸਿੱਧੇ ਰੂਪ ਵਿੱਚ ਸਾਡੇ ਨਾਲ ਕਰ ਰਹੇ ਹਨ। ਮੈਂ ਇਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੀ ਹਾਂ। ਮੈਂ ਖਹਿਰਾ ਫੈਮਲੀ ਦਾ ਵੀ ਧੰਨਵਾਦ ਕਰੂੰਗੀ ਜਿਨ੍ਹਾਂ ਨੇ ਕੋਈ ਪ੍ਰੋਗਰਾਮ ਨਹੀਂ ਕਦੇ ਛੱਡਿਆ ਸੀ ਖਹਿਰਾ ਸਾਹਿਬ ਨੇ, ਅਤੇ ਚਲੋ ਵਾਹਿਗੁਰੂ ਅੱਜ ਵੀ ਇਹ ਪ੍ਰੋਗਰਾਮ ਸਾਡਾ ਯੂਟਿਊਬ 'ਤੇ ਜ਼ਰੂਰ ਜਾਏਗਾ। ਸੋ ਤੁਸੀਂ ਸਾਰੇ ਸਾਡੇ ਨਾਲ ਜੁੜੇ ਰਹੋ, ਅਸੀਂ ਸੇਵਾ ਕਰਨ ਲਈ ਤਿਆਰ। ਕਈ ਵਾਰੀ ਕੁਝ ਗੱਲਾਂ ਹੋ ਜਾਂਦੀਆਂ, ਅਸੀਂ ਵਿਦਿਆਪਕ ਹਾਂ, ਸਕੂਲ ਮੈਨੇਜਮੈਂਟ ਕਮੇਟੀ ਹੈ, ਘਰਾਂ ਵਿੱਚ ਵੀ ਹੋ ਜਾਂਦਾ ਹੈ ਕਈ ਵਾਰੀ, ਪਰ ਅਸੀਂ ਜਾਨ ਦੇਣ ਨੂੰ ਤਿਆਰ ਹਾਂ ਇਹਨਾਂ ਬੱਚਿਆਂ ਦੀ ਖਾਤਰ। ਤੁਸੀਂ ਸਾਨੂੰ ਫੜਾਓ ਤਾਂ ਸਹੀ, ਅਸੀਂ ਹਮੇਸ਼ਾ ਤਤਪਰ ਹਾਂ ਇਹਨਾਂ ਦੀ ਸੇਵਾ ਦੇ ਵਾਸਤੇ। ਤਾਂ ਬਹੁਤ ਸਾਰੀਆਂ ਗੁਰੂ ਸਾਹਿਬ ਦੀਆਂ ਅਸੀਸਾਂ ਦੇ ਨਾਲ, ਬਹੁਤ ਸਾਰੀਆਂ ਉਮੀਦਾਂ ਦੇ ਨਾਲ ਅੱਜ ਹੁਣ ਅਸੀਂ ਸਾਰੇ ਜਣੇ ਰਲ ਕੇ ਗੁਰੂ ਸਾਹਿਬ ਜੀ ਦੇ ਜੀਵਨ ਨੂੰ ਆਪਾਂ ਸਾਰਿਆਂ ਨੇ ਯਾਦ ਕੀਤਾ ਹੈ, ਸ਼ਰਧਾ ਦੇ ਰੂਪ ਵਿੱਚ ਅਸੀਂ ਕੀਰਤਨ ਗਾਇਨ ਕੀਤਾ ਹੈ। ਆਓ ਹੁਣ ਆਪਾਂ ਆਨੰਦ ਸਾਹਿਬ ਪੜ੍ਹਾਂਗੇ, ਸਮਾਪਤੀ ਬਹੁਤ ਸੋਹਣੇ ਢੰਗ ਨਾਲ ਕਰਾਂਗੇ, ਜਿੱਦਾਂ ਇੱਕ ਸਿੱਖ ਨੂੰ ਕਰਨੀ ਚਾਹੀਦੀ ਹੈ, ਸਤਿਕਾਰ ਕਰਨਾ ਚਾਹੀਦਾ ਹੈ। ਇੱਕ ਸਾਡੇ ਘਰ ਪ੍ਰਾਹੁਣਾ ਆਉਂਦਾ, ਉਹਨੂੰ ਅਸੀਂ ਗਲੀ ਤੱਕ ਛੱਡਣ ਜਾਂਦੇ ਹਾਂ। ਇੱਕ ਮਿਨਿਸਟਰ ਆ ਜਾਂਦਾ, ਫੁੱਲਾਂ ਦੇ ਗੁਲਦਸਤੇ ਲੈ ਕੇ ਲਾਈਨਾਂ ਬਣਾ ਲੈਂਦੇ ਹਾਂ। ਸ਼ਾਹਾਂ ਦਾ ਪਾਤਸ਼ਾਹ ਸਾਡੇ ਵਿੱਚ ਖੜ੍ਹਾ ਹੈ, ਸਾਡੇ 'ਚ ਬਿਰਾਜਮਾਨ ਹੈ, ਸੁਸ਼ੋਭਿਤ ਹੈ। ਅਸੀਂ ਸਾਰਿਆਂ ਨੇ ਸਤਿਕਾਰ ਵਜੋਂ 5 ਮਿੰਟ ਸਿਰਫ ਹੋਰ ਲੱਗਣੇ, 5 ਮਿੰਟ ਓਨਲੀ, ਵਰਚੁਅਲੀ 5 ਮਿੰਟਸ ਹੋਰ ਅਸੀਂ ਆਨੰਦ ਸਾਹਿਬ ਪੜ੍ਹਾਂਗੇ, ਅਰਦਾਸ ਹੋਏਗੀ, ਵਾਕ ਲੈ ਕੇ ਲੰਗਰ ਪ੍ਰਸ਼ਾਦਾ ਛੱਕ ਕੇ ਅਸੀਂ ਆਪਣੇ ਘਰਾਂ ਨੂੰ ਜਾਵਾਂਗੇ ਜੀ। ਭੁੱਲ ਚੁੱਕ ਲਈ ਮੁਆਫ਼ੀ, ਖਾਸ ਤੌਰ 'ਤੇ ਵਿਸ਼ੇਸ਼ ਤੌਰ 'ਤੇ ਆਪਣੀ ਆਵਾਜ਼ ਲਈ ਮੈਂ ਤੁਹਾਡੇ ਕੋਲ ਦੁਬਾਰਾ ਬੇਨਤੀ ਕਰਦੀ ਹਾਂ ਕਿ ਮੈਨੂੰ ਮੁਆਫ਼ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰੂ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਾਲਾਈਆਂ, ਰਾਗ ਰਤਨ ਪਰਿਵਾਰ ਪਰੀਆਂ, ਸ਼ਬਦ ਗਾਵਣ ਆਈਆਂ, ਸ਼ਬਦੋ ਤਾਂ ਗਾਵਹੁ ਹਰੀ ਕੇਰਾ, ਮਨ ਜਨੀ ਵਸਾਇਆ, ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ, ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਣਾ, ਅੰਗੀਕਾਰ ਉਹ ਕਰੇ ਤੇਰਾ, ਕਾਰਜ ਸਭ ਸਵਾਰਣਾ, ਸਭ ਨਗਲਾਂ ਸਮਰਥ ਸੁਆਮੀ, ਸੋ ਕਿਉਂ ਮਨੋ ਵਿਸਾਰੇ, ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਹੀਂ ਘਰ ਤੇਰੇ, ਘਰ ਤਾਂ ਤੇਰੇ ਸਭ ਕਿਛ ਹੈ, ਜਿਸ ਦੇ ਹੀ ਸੋ ਪਾਵੇ, ਸਦਾ ਸੁਖ ਸਲਾਹ ਤੇਰੀ, ਨਾਮ ਮਨ ਵਸਾਵੇ, ਨਾਮ ਜਿਨ ਕਹਿ ਮਨ ਵਸਿਆ, ਵਾਜੇ ਸ਼ਬਦ ਘਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਘਰ ਤੇਰੇ, ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਬਦ ਸੁਖ ਮਨਿਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰ ਬਿਟਾਉਂ, ਜਿਸਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਤਿਤ ਕਰ ਧਾਰੀਆ, ਪੰਚ ਦੂਤ ਤਿਤ ਵਸ ਕੀਤੇ, ਕਾਲ ਕੰਡ ਕੋ ਮਾਰਿਆ, ਤੁਰ ਕਰਮ ਪਾਇਆ ਗੁਰਜਨ ਕੌਸੇ, ਨਾਮ ਹਰਿ ਕਹਿ ਲਾਗੇ, ਕਹਿ ਨਾਨਕ ਤਹਿ ਸੁਖ ਹੋਆ, ਤਿਤ ਕਰ ਅਨੰਦ ਵਾਜੇ, ਅਨੰਦ ਸੁਣੋ ਵਡ ਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ, ਦੁੱਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ, ਸੰਤ ਸਾਜਨ ਭਏ ਸਰਸੇ, ਪੂਰੇ ਗੁਰ ਤੇ ਜਾਣੀ, ਸੁਣਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਭਰ ਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰ। ਸਲੋਕ ਪਵਨ ਗੁਰੂ ਪਾਣੀ ਪਿਤਾ, ਮਾਤਾ ਧਰਤ ਮਹਤ, ਦਿਵਸ ਰਾਤ ਦੁਏ ਦਾਈ ਦਾਇਆ, ਖੇਲੈ ਸਗਲ ਜਗਤ, ਚੰਗਿਆਈਆਂ ਬੁਰਿਆਈਆਂ, ਵਾਚੈ ਧਰਮ ਹਦੂਰ, ਕਰਮੀ ਆਪੋ ਆਪਣੀ, ਕੇ ਨੇੜੈ ਕੇ ਦੂਰ, ਜਿਨੀ ਨਾਮ ਧਿਆਇਆ, ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ, ਕੀਤੀ ਛੁੱਟੀ ਨਾਲ, ਜਿਨੀ ਨਾਮ ਧਿਆਇਆ, ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ, ਕੀਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ। ਠਾਕੁਰ।